ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਭਾਈ ਵੈਲਕਮ ਬੈਕ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਭਾਈ ਚੰਦੋ ਪਿੰਡ ਨੂੰ ਤਾਂ ਜਾਣਾ ਹੀ ਹੈ ਹਨਾ ਤੇ ਰਸਤੇ ਦੇ ਵਿੱਚ ਆਟਾ ਚੱਕੀ ਵੀ ਆਉਂਦੀ ਆਟਾ ਛੱਡਦੀ ਹੈ ਆਟਾ ਖਿੱਚ ਕੇ ਮੈਂ ਕਿਹਾ ਰਸਤੇ ਦੇ ਵਿੱਚ ਆਉਂਦੀ ਹੈ ਫਿਰ ਵਾਰ ਵਾਰ ਕੀੜਾ ਕਾਤੇ ਮਾਰਨਾ ਹੈ ਤੂੰ ਹਟ ਜਾ ਹੜ ਛੱਡ ਹਟ ਛੱਡ ਦੇ ਲਓ ਜੀ ਬਾਈ ਆਟਾ ਲਿਆ ਰੱਖ ਆਪਾਂ ਨੇ ਬਾਕੀ ਚੱਲਦੇ ਹਾਂ ਛੱਡਣ ਦੇਖੀ ਤਾਂ ਕਿੰਨੇ ਕੁ ਕਿਲੋ ਹੈ ਮਾੜਾ ਜਿਹਾ ਖਿੱਚ ਲਿਆ ਮੈਨੂੰ ਤੇਤੀ ਕਿਲੋ ਹੈ ਜੀ ਕਿਆ ਕਹਿੰਦਾ ਇੰਨੀ ਛੇਤੀ ਜਾ ਕੇ ਕਿਆ ਕਰਨਾ ਇੰਨੀ ਛੇਤੀ ਤਾਂ ਆ ਗਿਆ ਮੈਂ ਆਟਾ ਛੱਡ ਕੇ ਆਇਆ ਯਾਰ ਹੁਣੇ ਆਹ ਦੇਖ ਬੂਟਾਂ ਨੂੰ ਵੀ ਆਟਾ ਲੱਗਿਆ ਕੱਪੜਾ ਬਹਿ ਕੇ ਬੱਜ ਜੂ ਆਪੇ ਹੋ ਜੂ ਸਾਫ਼ ਉਹ ਕਿੱਥੇ ਬੈਠਾ ਆਇਆ ਕੱਢ ਲੈ ਲਾਈਟ ਆਨ ਕਰ ਲੈ ਬੈਰੀਗੇਟ ਪਾਸੇ ਕਰ ਦਵਾਂ ਆਇਆ ਹੈ ਹਾਂ ਚਿੱਟੀ ਬਲ ਗਈ ਹੁਣ ਪੀਲੀ ਆ ਜਾ ਲਿਆ ਬੈਰੀਗੇਟ ਕਰਤਾ ਪਾਸੇ ਆ ਬੇਰਕੇ ਵਾਲੀ ਗੱਲਬਾਤ ਥੋੜ੍ਹੀ ਹੈ ਫਿਰ ਇਹ ਇਹਨਾਂ ਨੇ ਆਪ ਬਣਾਏ ਵੇ ਹੈ ਸਵਾਦ ਹੈ ਹਨਾ ਇੱਥੇ ਹੀ ਲਾ ਦੇ ਬਾ ਇੱਥੇ ਜੇ ਉੱਪਰ ਤੇ ਸਿੱਟ ਹੋਏ ਉੱਪਰ ਤੇ ਸਿੱਟ ਹਾਂ ਕਲਾਸ ਚ ਕੱਢ ਉਹ ਤੇਰੀ ਹੋਏ ਓ ਓ ਓ ਪਾਰਕਿੰਗ ਚ ਬੁਲਟ ਲਿਆ ਉੱਥੇ ਨੀ ਚੜਨਾ ਹੋਣਾ ਉੱਥੇ ਨੀ ਚੜਨਾ ਇੱਥੇ ਲੈ ਕੇ ਆ ਇੱਥੇ ਪਾਰਕਿੰਗ ਚ ਲੈ ਕੇ ਆ ਬੁਲਟ ਹਾਏ ਬਾਈ ਜ਼ਿੰਦਗੀ ਦੇ ਕਿਵੇਂ ਪਿਆ ਚੋਬਰ ਸੁੱਤਾ ਪਾਰਕ ਚ ਗੱਲਾਂ ਹੀ ਪਿਆ ਏ ਫਲ ਨਾ ਦੇ ਫੱਕਰ ਬੰਦਾ ਜਿਹੜੇ ਸਾਡੇ ਨਾਲ ਬੈਠੇ ਇੰਨੀ ਤੇਜ਼ ਅੰਗਰੇਜ਼ੀ ਬੋਲ ਰਹੇ ਹੈ ਭਈਏ ਆ ਸਾਲੇ ਹੈਗੇ ਭਈਏ ਪਰ ਬੋਲ ਅੰਗਰੇਜ਼ੀ ਰਹੇ ਹੈ ਚੌਂਤੀ ਨੰਬਰ ਵਾਲੇ ਆ ਇਹ ਆਹ ਬੈਠੇ ਅੰਗਰੇਜ਼ੀ ਇੰਨੀ ਤੇਜ਼ ਬੋਲਦੇ ਨਾਲ ਅਸੀਂ ਪੁੱਛਿਆ ਕਿਹੜੀ ਲੈਂਗੁਏਜ ਬੋਲਦੇ ਸਾਲਿਆਂ ਨੇ ਜਵਾਬ ਨਹੀਂ ਦਿੱਤਾ ਪਹਿਲਾਂ ਤਾਂ ਜਵਾਬ ਨਹੀਂ ਦਿੱਤਾ ਇਹ ਕਹਿੰਦੇ ਅੰਗਰੇਜ਼ੀ ਬੋਲਦੇ ਆ ਸੁਣੇ ਸੁਣੇ ਬੋਲਦੇ ਅੰਗਰੇਜ਼ੀ ਇੱਥੇ ਆ ਕੇ ਤੁਸੀਂ ਛੱਡ ਯਾਰ ਹੁਣ ਕਾਹਨੂੰ ਜੀਰੀ ਲਵਾਉਣੀ ਤੀ ਬਾਈ ਜੀ ਛੁੱਟੀ ਹੋ ਗਈ ਚੱਲੇ ਮਿੱਤਰੋ ਘਰ ਨੂੰ ਅਸੀਂ ਚੱਲੇ ਮਿੱਤਰੋ ਘਰ ਨੂੰ ਆ ਦੇਖੋ ਇੱਧਰ ਆ ਦੇਖੋ ਇੱਧਰ ਵੇਟ ਕਰ ਰਿਹਾ ਬੰਦਾ ਵਕੀਲ ਸਾਹਿਬ ਵਕੀਲ ਸਾਹਿਬ ਕੋਟ ਪਾਈ ਫਿਰਦੇ ਵਕੀਲ ਸਾਹਿਬ ਅੱਜ ਸੋ ਸਭ ਦਾ ਪਰਚਾ ਹੋ ਗਿਆ ਕੀ ਹਾਲ ਹੈ ਜੀ ਮੂੰਹ ਨੂੰ ਕਿਆ ਹੋ ਗਿਆ ਤੇਰੇ ਨੂੰ ਚਾਬੀ ਤਾਂ ਸਾਲੇ ਮੇਰੇ ਕੋਲ ਹੈ ਉਹ ਬਾਈ ਜ਼ਿਆਦਾ ਤੂੰ ਸਕੂਟਰੀ ਚਲਾ ਲੈ ਜਾਂ ਫੋਨ ਚਲਾ ਲੈ ਇੱਕ ਚੀਜ਼ ਚਲਾ ਲੈ ਹੁਣ ਕਾਹਨੂੰ ਪਾ ਲਿਆ ਵਿੱਚ ਉਹ ਨਹੀਂ ਸਾਲਾ ਕੋਈ ਇੰਪੋਰਟੈਂਟ ਮੈਂ ਜੀ ਮੇਰੇ ਵੀਰ ਪਤਾ ਚੱਕਰ ਕਿਆ ਏ ਉਹੀ ਟ੍ਰੈਫਿਕ ਬਹੁਤ ਜ਼ਿਆਦਾ ਏ ਬੰਦ ਕਰ ਸਾਲੇ ਬੰਦ ਕਿਉਂ ਕਰ ਬਾਈ ਤੁਸੀਂ ਵੀ ਚਲਾਈ ਨਾ ਕਰੋ ਯਾਰ ਉਹ ਦੇਖਾ ਹੋ ਗਿਆ ਨਾ ਕਾਂਡ ਅੱਗੇ ਗਿਰ ਗਏ ਨਾ ਉਹ ਦੇ ਕਿਵੇਂ ਗਿਰੇ ਪਏ ਹੌਲੀ ਚੱਲੇ ਕਰੋ ਮੇਰਾ ਵੀਰ ਸੜਕ ਧਿਆਨ ਨਾਲ ਪਾਰ ਕਰੇ ਕਰੋ ਚੱਲ ਹੁਣ ਉਹ ਕੁੜੀ ਨੂੰ ਪਾਰ ਕਰ ਜਾਂਦੇ ਇੰਨਾ ਵੀ ਨਹੀਂ ਸੇਫ ਵਰਤਣਾ ਮੈਂ ਕਿਹਾ ਕਿਹੜੀ ਕਿਹੜੀ ਆਈਸਕ੍ਰੀਮ ਹੈ ਤੇਰੇ ਕੋਲ ਦਿਖਾ ਤਾਂ ਸਹੀ ਵਨੀਲਾ ਹੈ ਉਹ ਚਾਕਲੇਟ ਨਹੀਂ ਹੈਗੀ ਕਿੰਨੇ ਦੀ ਹੈ 30
10 ਵਾਲੀ ਓਏ ਹਾਂ ਆ ਦੇ ਯਾਰ ਇੱਕ ਹੋਰ ਕੱਢ ਚੀਕਾਂ ਕਢਾ ਦੇ ਗਏ ਇਹਦੀਆਂ ਤੇਰਾ ਕੀ ਬੋਲਾ ਤੂੰ ਨਹੀਂ ਹੁਣ ਤਾਂ ਠੀਕ ਹੋ ਗਿਆ ਚਰਬੀ ਫਟੀ ਵੀ ਹੈ ਹੈ ਨਾ ਇਹ ਹਾਂ ਅੰਦਰੂਨੀ ਸੱਟ ਹੈ ਹਾਂ ਚਰਬੀ ਫਟੀ ਵੀ ਹੈ ਇਹ ਆ ਕਛੂਆ ਅਸਲੀ ਹੈ ਜੀ ਦੂਆ ਹੀ ਹੈ ਅੱਛਾ ਦੂਆ ਹੀ ਹੈ ਇਹ ਮੈਂ ਕਿਹਾ ਕਿ ਮੇਰੇ ਭਾਪੇ ਵਾਂਗੂ ਵੀ ਰੱਖੇ ਹੋਏ ਤੁਸੀਂ ਸੱਪ ਗੋਤੇ ਸੱਟ ਹੈ ਹੁਣ ਜ਼ਿਆਦਾ ਮਤਲਬ ਜੋੜ ਤਾਂ ਠੀਕ ਹੈ ਚਰਬੀ ਰਹੀ ਹੋਣੀ ਉੱਕਣੀ ਵਿੱਚ ਹਨ ਛੱਡ ਦੇ ਮਟਕਰੀ ਹੈ ਨਾ ਨਹੀਂ ਮਟਕੇ ਦੀ ਨਹੀਂ ਹੁੰਦੀ ਹੈਗੀ ਐਡੀ ਹਾਂ ਜੇ ਕੋਈ ਜ਼ਿਆਦਾ ਬੜਾ ਨੁਕਸ ਹੋਵੇ ਨਹੀਂ ਜੇ ਬੜਾ ਨੁਕਸ ਹੋਵੇ ਹਾਂ ਨਹੀਂ ਮਟਕੇ ਦੀ ਨਹੀਂ ਹੁੰਦੀ ਹੈਗੀ ਉਦੋਂ ਹੀ ਦੱਸਦਾ ਇਹਨੂੰ ਵੀ ਠੀਕ ਹੈ ਪੈਂਚਰ ਪੁੰਚਰ ਕੁਛ ਨਹੀਂ ਹੈ ਨਹੀਂ ਜੀ ਤਾਂ ਹੀ ਕਸਰ ਰਹਿ ਗਈ ਬਹੁਤ ਮੈਂ ਐਸੀ ਤੇ ਪਤਾ ਲੱਗਦਾ ਸਾਨੂੰ ਤਾਂ ਹੁਣ ਫੰਬਾ ਰੱਖਦੇ ਉਦੋਂ ਨਾ ਕਾਲਾ ਹੋਇਆ ਪੈਦਾ ਹਰ ਨੀਲਾ ਉਦੋਂ ਹਾਂ ਹੁਣ ਤਾਂ ਠੀਕ ਹੈ ਬਹੁਤ ਦੂਰ ਸੀ ਨੀਲ ਤਾਂ ਉਦੋਂ ਦਾ ਹੁਣ ਤਾਂ ਥੋੜ੍ਹਾ ਜਿਹਾ ਕਹਿੰਦੇ ਬਸ ਤੂੰ ਰਹਿ ਖੜਿਆ ਰਹਿ ਕਰਾ ਬਸ ਇੱਥੇ ਲੈ ਕੇ ਉਰੀ ਆਈ ਜਾਣਾ ਸਾਰਿਆਂ ਕਰਮਜੀਤ ਜਿਹੜਾ ਗੋਗੀ ਹਾਂ ਸੇਮ ਤੇਰੀ ਕਾਪੀ ਹੋਏ ਕਰਦੀ ਜਵਾਨੀ ਮਾਂ ਰੈਡੀ ਹੋਏ ਮੇਰਾ ਡੈਡੀ ਆਈ ਹਾਂ ਜੀ ਹਾਂ ਮੈਂ ਤਾਂ ਹੀ ਸਮਝ ਗਿਆ ਨਿਆਣਿਆਂ ਵਿੱਚ ਨੂੰ ਜਵਾਨੀ ਲਿਖੀ ਜਾਂਦੀ ਮਾਂ ਬਾਪ ਦੀ ਹਾਂ ਜੀ ਹਾਂ ਬਹੁਤ ਬੰਦੇ ਪਛਾਣ ਲੈਂਦੇ ਹੁਣ ਜਿਕਣਾ ਕਹਿਦਾ ਨਿਕਲਣ ਕੋਲ ਵੀ ਜਾਂਦਾ ਤੇਰੇ ਕਹਣੇ ਖਿਡਾਰੀ ਜਿਹੜੇ ਆਉਂਦੇ ਲਓ ਜੀ ਬਾਈ ਮੁੰਡੇ ਦੀ ਕਰਾਤੀ ਮਾਲਸ ਪੈਰ ਦੀ ਲੈ ਚਾਬੀ ਦੇ ਹੁਣ ਮੈਂ ਚਲਾਉਣਾ ਦੁੱਖ ਲੱਗਿਆ ਤਾਂ ਥੋੜ੍ਹਾ ਬਹੁਤਾ ਲੱਗਦਾ ਬਾਈ ਦੁੱਖ ਬਾਕੀ ਚਰਬੀ ਫਟੀ ਵੀ ਅੰਦਰ ਹੈ ਲੱਗੂਗਾ ਬਾਈ ਦਸ ਕੁ ਦਿਨ ਤੱਕ ਲੋਟ ਹੋਊਗਾ ਅਤੇ ਬਾਈ ਕਾਲਜ ਤੋਂ ਆ ਗਿਆ ਮੈਂ ਘਰੇ ਬਾਕੀ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਹਾਂ ਜੇ ਵਲੋਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਬਾਕੀ ਮਿਲਦੇ ਜੀ ਕਿਸੇ ਘੈਂਟ ਜੇ ਵਲੋਗ ਦੇ ਵਿੱਚ ਧੰਨਵਾਦ ਜੀ।